सो सत्संगत लड़ीवार साडा चल रहा प्रोग्राम 1947 दा संताप 1947 दे संताप प्रोग्राम दे तहत जिहड़े साडे बजुर्ग 1947 दे विच अपने दादे पड़दादे दी उस धरती नूं छड के जिस धरती दे विच उन्हां दा जन्म होया जिस धरती दे विच उन्हां ने अपना बचपन गुजारिया पर कुदरत ने एक इहो जिहा करवट बदलिया हिंदुस्तान पाकिस्तान दो देश बनते ने और इन्हां दोनां देशां दे विच तकरीबन तकरीबन 1,30,00,000 आदमी अपने दादे परदादे की धरती नूं छड के सदीवी तौर पर अपने देशों के विच परदेसी बन गए। जिथे इन्नी वड्डी दुनिया की मास माइग्रेशन हुई उत्थे 2,00,000 ओ बजुर्ग भी सन जिहड़े जम्मू कश्मीर की धरती के विच इस तशद्दद का शिकार होए और बहुत सारे जिहड़े ने जिन्हां ने अपने घर बार भी खोए अपनियां जानां परिवारक मैंबर भी खोए उहदे विचों जिहड़े 40-45 कही हार दे करीब साडे बजुर्ग बच के आए ने। उन्होंने बजुर्गों नूं बाद दे विच अलग अलग हिंदुस्तान के हिस्सों के जिहड़ा सी उस वक्त सैटल कर दिता गया। उन्हां दे विच बड़े बजुर्ग इहो जिहे ने जिहड़े राजस्थान बीकानेर उत्तराखंड इन्हां इलाकों के विच भी सैटल होए। साडे इस प्रोग्राम के तहत जिहड़े नौजवान जां जिहड़े बजुर्ग उन्हां समयां दे विच इत्थों तुरे ने उह जिथे भी साडा उन्हां नाल कॉन्टैक्ट हुंदा है असीं जरूर आप संगत दे सन्मुख लिआउण दा यतन करदे हां। सो अज राजस्थान दे विचों 1947 के संताप से हडाया एक परिवार जिस परिवार के भावें उन्होंने वह बजुर्गों नाल विचार नहीं हो सकी पर उस समय तकरीबन 3-4 साल की उम्र के साडे एक बजुर्ग अपना उस वतन छड के जिहड़े आ के अज राजस्थान के सेंट ने। सो आओ सात संगत आप जी नूं उन्होंने रूबरू कराने बजुर्गों के नाल। सो बजुर्गो वाहिगुरु जी का खालसा वाहिगुरु जी की फतेह। और जी सेहत ठीक ठाक है? हाँ ठीक है जी। और परिवार ठीक है? हाँ परिवार भी ठीक है जी। और जी बुजुर्गो के नाम क्या तुहाडा? मेरा नाम जोगिंदर सिंह है जी। अच्छा पुंछी पंछी मेरे ख्याल भूल गए होने तुसी हुण फिर किथे सारी उम्र उधर रहे हो? हाँ पुंछी तो फिर अस थोड़ी घट ही बोलते हैं ना इधर आई किन्ने साल हो गए सानू इधर आया ही दे। अच्छा 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 ते तुसी केड़ी जगह एट प्रेजेंट? पिंड साडा सी आड़ी गैल सी जी आड़ी गैल ते पनियाली। पनियाली दे तुसी बाग दे हो? हाँ बाग तहसील सी ते पनियाली भी साडे दादकियां दा पिंड सी ते आड़ी गैल भी सी। ਉਹ ਦੋ ਜਗ੍ਹਾ ਸੈਟਲ ਸਨ ਗਏ? ਹਾਂ ਦੋ ਜਗ੍ਹਾ ਕਹਿੰਦੇ ਹਨ ਭਾਈ ਸਾਡੇ ਜਿਹੜੇ ਪੜਦਾਦਾ ਜੀ ਹੋਏ ਨਾ ਦਾਦਾ ਜੀ 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 ਉਹਨਾਂ ਕੋਈ ਉਹਨਾਂ ਸਹੁਰਿਆਂ ਦੇ ਪਿੰਡੀ ਕੋ ਗ੍ਰੰਥੀ ਸਨ ਅਖੇ ਉਹ ਸੰਤ ਸਨ ਕੋਈ ਤੇ ਉੱਥੇ ਉਹਨਾਂ ਨੂੰ ਉਹ ਜਗ੍ਹਾ ਗ੍ਰੰਥੀਆਂ ਦੀ ਮਿਲੀ ਹੋਈ ਸੀ ਗੁਰਦੁਆਰਾ। ਅੱਛਾ 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 ਫਿਰ ਦੋਵੇਂ ਪਾਸੇ ਉਹਨਾਂ ਦੀ ਪ੍ਰਾਪਰਟੀ ਬਣ ਗਈ? ਹਾਂ ਪ੍ਰਾਪਰਟੀ ਹਾੜੀ ਗੈਲ ਰਿਹਾਇਸ਼ ਸੀਗੀ ਸਾਡੇ ਪਿਤਾ ਜੀ ਨੇ ਮਕਾਨ ਮਕੂਨ ਹਾੜੀ ਗੈਲ ਬਣਾਏ ਸੀ। ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? ਹੁਕਮ ਸਿੰਘ ਸੀ ਜੀ। ਹੁਕਮ ਸਿੰਘ? ਹਾਂ ਜੀ ਤੇ ਹੁਕਮ ਸਿੰਘ। ਪੜਦਾਦਾ ਜੀ? ਉਹ ਸਾਡੇ ਪਿਤਾ ਜੀ ਦੱਸਦੇ ਸਹਿਜ ਸਿੰਘ ਨਾਂ ਸੀ ਉਹਨਾਂ ਦਾ ਜੀ। ਅੱਛਾ ਸਹਿਜ ਸਿੰਘ। ਹਾਂ ਜੀ ਹਾਂ ਜੀ। ਤੇ ਤੁਹਾਡੇ ਪਿਤਾ ਜੀ ਕੀ ਕੰਮ ਕੀ ਕਰਦੇ ਸਨ ਉੱਥੇ ਗ੍ਰੰਥੀ? ਸਾਡੇ ਸਾਡੇ ਪਿਤਾ ਜੀ ਉਧਰ ਪਿਸ਼ੌਰ ਵਗੈਰਾ ਗ੍ਰੰਥੀ ਸਨ ਪੈਸੇ। ਅੱਛਾ। ਹਾਂ ਪਿਸ਼ੌਰ ਰਹੇ ਸੀਗੇ ਕੁਝ ਚਿਰ ਤੇ ਬਾਕੀ ਘਰੇ ਆਉਂਦੇ ਜਾਂਦੇ ਫਿਰ ਉਹ ਘਰੇ ਹੀ ਉਸ ਅੱਛਾ ਤੋਂ ਬਾਅਦ। ਹਾਂ ਫਿਰ ਉਹਦੇ ਉਸ ਤੋਂ ਬਾਅਦ ਇੱਥੇ ਹੀ ਲੱਗ ਗਏ? ਹਾਂ ਉਸ ਤੋਂ ਬਾਅਦ ਫਿਰ ਪਾਰਟੀਸ਼ਨ ਚ ਫਿਰ ਚਲੇ ਗਏ ਅਸੀਂ ਆਏ ਹਾਂ ਪੁੰਛ ਆਏ। ਨਹੀਂ ਚਲੋ ਉਹ ਤੇ ਬਾਅਦ ਚ ਆਉਂਦੇ ਹਾਂ। ਅੱਛਾ ਤੁਹਾਡੇ ਹੋਰ ਚਾਚੇ ਤਾਏ ਕਿਹੜੇ ਕਿਹੜੇ ਸਨ ਵਾਲਾ? ਸਾਡੇ ਤਾਇਆ ਜੀ ਦਾ ਪਰਿਵਾਰ ਹੈ ਪੁੰਛ ਚੰਨ ਜੀ। ਕੀ ਨਾਂ ਨੀ? ਭਾਈ ਗੁਰਜੀਤ ਸਿੰਘ ਸੀ ਜੀ। ਅੱਛਾ ਉਹ ਇਸ ਵਕਤ ਵੀ ਪੁੰਛ ਹੀ ਹੈ ਨਾ? ਹਾਂ ਉਹਨਾਂ ਦਾ ਪਰਿਵਾਰ ਪੁੰਛ ਹੈ ਤਾਇਆ ਜੀ ਤਾਂ ਗੁਜਰ ਗਏ ਨਾ। ਅੱਛਾ ਉਹਨਾਂ ਦੇ ਪਰਿਵਾਰ ਚ ਕੌਣ ਹੈ ਇਸਲੇ ਪੁੰਛ? ਉਹਨਾਂ ਦੇ ਬੜੇ ਲੜਕੇ ਹੈਗੇ ਸੋਹਣ ਸਿੰਘ ਜੀ। ਅੱਛਾ ਉਹ ਪੁੰਛ ਰਹਿੰਦੇ ਨੇ? ਉਹ ਪੁੰਛ ਰਹਿੰਦੇ ਹੈ। ਤੁਸੀਂ ਗਏ ਉਹਨਾਂ ਦੇ ਉੱਥੇ ਘਰ? ਹਾਂ ਗਿਆ ਹੋਇਆ ਮੈਂ ਜੀ। ਕਿਹੜੀ ਜਗ੍ਹਾ? ਪੁਰਾਣੇ ਪੁੰਛ ਚੰਨ ਜਾਂ? ਉਹ ਪੁਰਾਣੀ ਪੁੰਛ ਚੰਨ ਜੀ। ਅੱਛਾ। ਹਾਂ ਪੁਰਾਣੀ ਪੁੰਛ ਚੰਨ ਤੇ ਉਹਨਾਂ ਦੇ ਬੜੇ ਲੜਕੇ ਤਾਂ ਉਹ ਹੈਗੇ ਤਾਂ ਉਸ ਤੋਂ ਨਿੱਕੇ ਸੀ ਪੁਲਿਸ ਜੀ ਸੀਗੇ ਹਰਭਜਨ ਸਿੰਘ ਡਰਾਈਵਰ ਸੀਗੇ। ਅੱਛਾ। ਉਹ ਐਕਸਪਾਇਰ ਹੋ ਗਏ ਤੇ ਛੋਟੇ ਇੱਥੇ ਤੁਹਾਡੇ ਜੰਮੂ ਉੱਥੇ ਪੁੰਛ ਲੈਕਚਰਾਰ ਸੀਗੇ। ਅੱਛਾ। ਤੇ ਹੁਣ ਜੰਮੂ ਇੱਥੇ ਸੈਟਲ ਹੈਗੇ ਨਾ ਆਏ ਹੋਏ। ਅੱਛਾ ਜੰਮੂ। ਅੱਛਾ ਇੱਕ ਇਹਨਾਂ ਦਾ ਘਰ ਸੀ ਹੋਰ ਤਾਏ ਚਾਚਾ ਕਿਹੜਾ ਤੁਹਾਡਾ? ਬਸ ਸਾਡੇ ਦੋ ਹੀ ਭਰਾ ਸਨ ਪਿਤਾ ਜੀ ਹੋਰੇ ਤੇ ਭੂਆ? ਭੂਆ ਇੱਕ ਸਾਡੀ ਇਹ ਸਿੰਬਲ ਕੈਂਪ ਨਾਵਾ ਸਿੰਘ ਜੀ ਸੀਗੇ। ਹਾਂ ਹਾਂ ਬਿਲਕੁਲ ਉਹਨਾਂ ਦੀ ਮਾਤਾ ਜੀ ਸੀ। ਅੱਛਾ ਨਾਮਾ ਸਿੰਘ ਹੋਰ ਦੀ ਮਾਤਾ ਜੀ ਤੁਹਾਡੇ ਭੂਆ ਸਨ? ਸੱਕੇ ਆ ਸੱਕੀ ਭੂਆ ਸੀਗੀ ਜੀ। ਅੱਛਾ 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 ਜੀ ਨਾਮਾ ਸਿੰਘ ਹੋਰ ਵੀ ਆ ਪੁਲਿਸ ਚੋਂ ਰਿਟਾਇਰ ਹੋਏ? ਹਾਂ ਪੁਲਿਸ ਚੋਂ ਉਹਨਾਂ ਦਾ ਉਹਨਾਂ ਦਾ ਬੇਟਾ ਵੀ ਪੁਲਿਸ ਚੋਂ ਰਿਟਾਇਰ ਹੋਏ? ਹਾਂ ਜੀ ਪ੍ਰਲੋਕ ਸਿੰਘ ਵੀ ਰਿਟਾਇਰ। ਹਾਂ ਉਹਨਾਂ ਦੇ ਅੱਗੇ ਬੇਟੇ ਜਿਹੜੇ ਨੇ ਉਹ ਸਾਡੇ ਕਾਫੀ ਮਿੱਤਰ ਨੇ ਅੱਛਾ ਸੋਡੀ ਹੋਰ। ਹਾਂ ਉਹਨਾਂ ਦਾ ਵੀ ਕਰਕੇ ਆਇਆ ਇੰਟਰਵਿਊ ਮੈਂ ਨਾਮਾ ਸਿੰਘ ਹੋਰਾਂ ਦਾ।
ਉਹੀ ਮੈਂ ਦੇਖਿਆ ਸੀਗਾ। ਅੱਛਾ ਦੇਖਿਆ ਤੁਸੀਂ? ਹਾਂ ਉਹ ਇੰਟਰਵਿਊ ਦੇਖਿਆ, ਉਸ ਤੋਂ ਬਾਅਦ ਮੈਂ ਕਈ ਤੁਹਾਡੇ ਇੰਟਰਵਿਊ ਦੇਖ ਰਿਹਾ ਸੀਗਾ। ਹਾਂ ਚਲੋ ਜੀ, ਸਾਰੇ ਬਜ਼ੁਰਗ ਮੈਂ ਕੋਸ਼ਿਸ਼ ਕਰ ਰਿਹਾ ਵੀ ਚਲੋ ਸਾਰੇ ਇਕੱਠੇ ਹੋ ਜਾਈਏ ਕਿਸੇ ਇੱਕ ਤੇ। ਚਲੋ ਵਾਹਿਗੁਰੂ ਕਰੇਗਾ। ਹਾਂ ਅੱਛਾ, ਤੁਹਾਡੇ ਸਮਝ ਲਓ ਕਿ ਇਹ ਤਿੰਨੇ ਭੈਣ ਭਰਾ ਸੀ, ਇੱਕ ਭੈਣ ਸੀ ਇਹਨਾਂ ਦੀ? ਨਹੀਂ ਇੱਕ ਭੈਣ ਹੋਰ ਸੀਗੀ, ਉਹ ਆਪਣੇ ਹਰਬੰਸ ਸਿੰਘ ਜੀ ਹੈਗੇ ਨੇ ਉਧਰ ਗੋਲ ਗੁਜਰਾਲ ਕੈਂਪ ਚ? ਕੈਂਪ ਵਿੱਚ, ਅੱਛਾ ਉਹ ਹਰਬੰਸ ਸਿੰਘ ਜੀ ਸੀਗੇ, ਆਪਣੇ ਜੱਜ ਸਾਹਿਬ ਸੀਗੇ ਇੱਕ ਮਹਿੰਦਰ ਸਿੰਘ ਜੀ, ਅੱਛਾ ਉਹਨਾਂ ਦੇ ਜੀਜਾ ਜੀ ਲੱਗਦੇ ਹੈਗੇ ਨਾ। ਅੱਛਾ ਉਹਨਾਂ ਦੇ ਘਰ ਸੀ? ਅੱਛਾ ਹਾਂ ਉਹਨਾਂ ਘਰ ਤੇ, ਉੱਥੇ ਉਹ ਸਾਡੀ ਹਰਬੰਸ ਸਿੰਘ ਦੀ ਮਾਤਾ ਜੀ ਭੂਆ ਸੀ, ਸਾਡੀ ਛੋਟੀ ਭੂਆ ਸੀ। ਅੱਛਾ 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 ਸਮਝ ਲਓ ਚਾਰ ਭੈਣ ਭਰਾ ਸਨ। ਹਾਂ ਚਾਰ ਭੈਣ ਭਰਾ ਸਨ। ਅੱਛਾ 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 ਤੁਹਾਡੀ ਇਹ ਤੇ ਬੜੀ ਛੋਟੀ ਸੀ, ਤੁਹਾਨੂੰ ਤੇ ਕੋਈ ਉਧਰ ਦਾ ਕੋਈ ਚੇਤੇ ਚੁਤੇ ਨਹੀਂ ਹੋਣਾ ਜੀ? ਮੈਂ ਮਤਲਬ ਇਹ ਰੋਲਾ ਗੋਲਾ, ਉਦੋਂ ਨਾਰਾ ਤਕਬੀਰ, ਉਹ ਮੈਂ ਬਾਹਰ ਸੇ ਕਰੋ ਅੱਛਾ ਇਹ ਰੋਲਾ ਤਾਂ ਜਰੂਰ ਸੁਣਿਆ। ਬਾਕੀ ਤੁਰਨ ਜੱਗੇ ਅਸੀਂ ਰਸਤੇ ਚ ਰਾਤੀ ਰੁਕੇ ਇੱਕ ਜਗ੍ਹਾ ਤੇ ਰੋਟੀਆਂ ਪੱਕੀਆਂ ਉੱਥੇ, ਅੱਛਾ ਇੰਨਾ ਤੇ ਚੇਤੇ ਹੈ? ਇੰਨੇ ਇੱਕ ਮਾੜਾ ਮੋਟਾ ਫਿਰ ਪੁੰਛ ਰੁਕੇ ਆ ਕੇ ਨਹੀਂ, ਪਿੱਛੇ ਇੰਨੇ। ਘਰ ਦਾ ਕੋਈ ਚੇਤੇ ਹੈ ਤੁਹਾਨੂੰ ਮਾੜਾ ਮੋਟਾ? ਹੋਲੀ ਆ ਵੀ ਕਿਹੋ ਜਿਹੇ ਮਕਾਨ ਸਨ? ਨਹੀਂ ਮਕਾਨਾਂ ਦਾ ਨਹੀਂ ਕੋਈ ਇੰਨਾ ਖਿਆਲ ਆਹ ਤੁਹਾਡੀ ਇਹ ਛੋਟੀ ਸੀ ਹਾਂ ਜੀ? ਛੋਟੀ ਏ ਸੀ। ਅੱਛਾ ਤੇ ਫਿਰ ਜਿਹੜੇ ਤੁਰੇ ਉਹਦਾ ਕੋਈ ਚੇਤੇ ਆ ਵੀ ਇੱਕ ਜਗ੍ਹਾ ਰੋਟੀਆਂ ਪਕਾਈਆਂ ਆ ਗਏ ਨਾ? ਹਾਂ ਰਸਤੇ ਥੋੜਾ ਜਿਹਾ ਉਹ ਕਹਿੰਦੇ ਜੀ ਇੱਥੇ ਉਹ ਰਾਤੀ ਉੱਥੇ ਰੁਕੇ ਕੋਈ ਪੱਥਰਾਂ ਤੇ, ਮੇਰੇ ਖਿਆਲ ਰੋਟੀਆਂ ਰਾਟੀਆਂ ਕੋਈ ਮਾੜੀਆਂ ਮੋਟੀਆਂ। ਆਹੋ ਐਕਚੁਅਲੀ ਇੱਕ ਜਿਹੜੇ ਉਧਰ ਵਾਲੇ ਸੀ ਉਹ ਬਾਗ ਰੁਕੇ ਹਾਂ ਤੇ ਇਹਦੇ ਬਾਗ ਥੱਲੇ। ਤੋਂ ਅੱਗੇ, ਹਾਂ ਖੜੀ ਦਰਮਣ ਗਏ ਜਾਂ ਕੋਈ ਦੱਸਦੇ ਸੀ ਐ ਕਿਤੇ ਕਿਤੇ। ਅੱਛਾ ਅੱਛਾ ਖੜੀ ਖੜੀ ਵੀ ਆ ਕੇ ਉਹਨਾਂ ਨੇ ਬਣਾਈਆਂ? ਬਿਲਕੁਲ। ਹਾਂ ਉੱਥੇ ਅੱਛਾ ਅੱਛਾ ਗਏ। ਅੱਛਾ ਅੱਛਾ ਤੇ ਇੱਥੇ ਪੁੰਛ ਦੀ ਤੁਹਾਨੂੰ ਹੈਗੀ ਜਦੋਂ ਪੁੰਛ ਪੁੱਛੇ, ਪੁੰਛ ਕਿੰਨਾ ਚਿਰ ਰਹੇ ਤੁਸੀਂ? ਪੁੰਛ ਥੋੜਾ ਚਿਰ ਰਿਹਾ ਸੀ, ਪੁੰਛ ਤਾਂ ਬੁਰਾ ਹਾਲ ਸੀਗਾ, ਪੁੰਛ ਉੱਤੇ ਕੋਈ ਖਾਣ ਪੀਣ ਨੂੰ ਹੈ ਨਹੀਂ ਸੀ। ਮੈਂ ਨਿੱਕਾ ਜਿਹਾ ਸੀ, ਉੱਥੇ ਸਾਨੂੰ ਟੀਕੇ ਲਗੇ ਸੀਗੇ, ਅੱਛਾ ਅੱਛਾ ਇੰਜੈਕਸ਼ਨ ਲਗੇ ਸੀ, ਤੇ ਬਾਕੀ ਖਾਣ ਪੀਣ ਦੀ ਉੱਥੇ ਦਿੱਕਤ ਹੀ ਸੀਗੀ। ਉਹੀ ਜਿਹੜੇ ਕੋਈ ਲੁੱਟ ਕਸੁੱਟ ਕਰਕੇ ਲਿਆਂਦੇ ਰਹੇ ਉਹਨੂੰ ਤੋਂ? ਉਹ ਬਸ ਜਿਹੜੇ ਜਾ ਕੇ ਲਿਆਂਦੇ ਲੁੰਦੇ ਸੀਗੇ, ਬਾਕੀ ਕੋਈ ਮਾੜਾ ਮੋਟਾ ਦਾਲਾਂ ਦੂਲਾਂ ਇਸ ਤਰ੍ਹਾਂ ਬੜੀ ਦਿੱਕਤ ਸੀ ਉੱਥੇ ਅੱਛਾ, ਖਾਣ ਪੀਣ ਵਾਲੀ ਤਾਂ ਉਸ ਲਈ। ਤੇ ਉੱਥੇ ਫਿਰ ਤੁਸੀਂ ਉੱਥੋਂ ਬਾਅਦ ਸਿੱਧਾ ਜੰਮੂ ਆਏ ਹੋ ਜਾਂ ਪੁੰਛ ਰਹੇ ਹੋ? ਨਹੀਂ ਕੁਝ ਚਿਰ ਰਿਹਾ ਜਾਂ ਪੁੰਛ ਤੇ ਫਿਰ ਜਹਾਜ਼ ਤੇ ਅਸੀਂ ਆਏ ਹਾਂ ਜੰਮੂ। ਅੱਛਾ, ਜਿਹੜੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਵੱਲੋਂ ਜਹਾਜ਼ ਹਾਂ ਲਾਇਆ ਗਿਆ ਉਹਦੇ 'ਚ? ਹੈ ਹਾਂ, ਉਸ ਤੇ ਸਾਡੀ ਫੈਮਿਲੀ ਆਈ ਸੀ, ਸਾਰੀ ਫੈਮਿਲੀ ਇਕੱਠੀ ਆਈ? ਹਾਂ ਸਾਡੇ ਪਿਤਾ ਜੀ ਹੋਰੀ ਤੇ ਮੈਂ ਤੇ ਮਾਤਾ ਸੀਗੇ, ਅੱਛਾ ਤੇ ਇੱਕ ਸਾਡਾ ਮਾਮਾ ਸੀ ਉਹ ਵੀ ਨਾਲ ਆ ਗਿਆ ਸਾਡੇ, ਕੀ ਨਾਂ ਸੀ ਉਹਨਾਂ ਦਾ? ਅਵਤਾਰ ਸਿੰਘ ਸੀ ਜੀ, ਸਿੰਬਲ ਕੈਂਪ ਵਿੱਚ। ਉਹ ਹੁਣ ਸਿੰਬਲ ਕੈਂਪ ਰਹਿੰਦੇ ਸਨ? ਹਾਂ ਸਿੰਬਲ ਰਹਿੰਦੇ, ਅਸੀਂ ਗੁਜ਼ਰ ਗਏ ਨੂੰ ਤਾਂ। ਉਹਨਾਂ ਦਾ ਕੋਈ ਬੇਟਾ ਕਿਹੜਾ ਆ ਗਿਆ? ਨਰੈਣ ਸਿੰਘ, ਅਵਤਾਰ ਸਿੰਘ ਦੋ ਭਰਾ ਸੀਗੇ ਸਾਡੇ ਮਾਮਾ ਜੀ ਅੱਛਾ, ਸਿੰਬਲ ਕੈਂਪ ਵਿੱਚ। ਨਰੈਣ ਸਿੰਘ ਪਿੱਛੇ ਮਾਸਟਰ ਰਹੇ ਹੋਏ ਨੇ ਬਾਗ ਸ਼ਹਿਰ, ਉਹ ਨਰੈਣ ਸਿੰਘ ਵੀ ਹੈ ਇਸ ਲਈ ਨਹੀਂ ਹੈ ਮੇਰੇ ਖਿਆਲ 'ਚ? ਨਹੀਂ ਉਹ ਵੀ ਨਹੀਂ ਹੈਗੇ, ਤੇ ਅਵਤਾਰ ਸਿੰਘ ਨੂੰ ਗੁਜਰੇ ਵੀ ਹੁਣ ਕਈ, ਉਹਨਾਂ ਦਾ ਲੜਕਾ ਹੈਗਾ ਇੱਕ ਮਹਿੰਦਰਪਾਲ ਸਿੰਬਲ ਕੈਂਪ ਵਿੱਚ। ਅੱਛਾ 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 ਬਿਲਕੁਲ ਠੀਕ ਹੈ। ਹਾਂ ਅੱਛਾ 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 ਫਿਰ ਉੱਥੋਂ ਤੁਸੀਂ ਜਿਸਲੇ ਜਹਾਜ਼ ਤੇ ਜੰਮੂ ਆਏ ਹਾਂਜੀ ਤੇ ਫਿਰ ਹਾਂਜੀ, ਜੰਮੂ ਕਿੱਥੇ ਰਹੇ ਹੋ? ਜੰਮੂ ਕੋਈ ਨਹੀਂ, ਅਸੀਂ ਥੋੜੇ ਚਿਰ ਮੇਰੇ ਖਿਆਲ ਰਹੇ ਇੱਥੋਂ ਹੀ, ਤੋਂ ਫਿਰ ਸਾਡੇ ਪਿਤਾ ਜੀ ਚਲੇ ਗਏ ਬਟੋਤ। ਅੱਛਾ, ਹਾਂ ਬਟੋਤ ਕਈ ਉਸੇ ਕਈ ਚਿਰ ਰਹੇ ਅਸੀਂ। ਉੱਥੇ ਪਿਤਾ ਜੀ ਬਟੋਤ ਕੀ ਕਰਦੇ ਰਹੇ? ਉਹ ਪਿਤਾ ਜੀ ਨੇ ਦੁਕਾਨ ਕਰ ਲਈ ਤੇ ਬਾਹਲੋ ਮਾਲ ਲਿਆ ਕੇ ਮਿਲਟਰੀ ਸਪਲਾਈ ਦਿੰਦੇ ਸਨ ਬੱਕਰਿਆਂ ਦੀ, ਅੱਛਾ ਬੱਕਰਿਆਂ ਦਾ ਉੱਥੇ ਬਟੋਦੀ? ਬਟੋਤ ਹੀ ਜਿੰਦੇ ਬੱਕਰਿਆਂ ਦਾ ਸਪਲਾਈ ਸੀਗੀ ਉੱਥੇ। ਅੱਛਾ 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 ਐਕਚੁਅਲੀ ਨਾਲੇ ਥੋੜਾ ਕੁਦਰਤੀ ਵੀ ਉੱਥੇ ਘਰਾਂ 'ਚ ਵੀ ਰੱਖੇ ਸਨ ਨਾ ਬੱਕਰੇ ਬੁਕਰੇ, ਘਰਾਂ ਤਾਂ ਸੀਗੇ ਨਾ। ਤੇ ਯਾਰ ਉਹ ਐਕਸਪੀਰੀਅੰਸ ਵੀ ਐਸੀ ਉਹਨਾਂ ਨੂੰ? ਹਾਂ ਬਾਹਰੋਂ ਮਾਲ ਖਰੀਦ ਕੇ ਲਿਆ ਕੇ ਤੇ ਇੱਥੇ ਸਪਲਾਈ ਦਿੰਦੇ ਸੀ। ਅੱਛਾ, ਹਾਂ ਤੇ ਉੱਥੇ ਬਟੋਤ ਕਿੰਨਾ ਚਿਰ ਰਹੇ? ਕੋਈ ਦੇ 2-3 ਸਾਲ? ਹਾਂ ਨਹੀਂ 2-3 ਸਾਲ ਨਹੀਂ, ਉੱਥੇ ਕੋਈ ਸਾਲ ਖੰਡ ਹੀ ਰਹੇ ਹੋਵਾਂਗੇ, ਫਿਰ ਅਸੀਂ ਕਿਤੇ ਆਏ ਸਾਂ ਅੰਮ੍ਰਿਤਸਰ। ਨਹੀਂ ਤੇ ਤੁਸੀਂ ਜਿਲੇ ਬਟੋਤ ਰਹੇ ਹੋ, ਉਸ ਤੋਂ ਬਾਅਦ ਜਿਹੜੇ ਲੋਕ ਬਟੋਤ ਗਏ ਸਨ ਉਹ 2-3 ਮਹੀਨੇ ਬਾਅਦ, ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਜਗਰੋਟਾ ਕੈਂਪ 'ਚ ਨਹੀਂ ਹੈ ਉਹਨਾਂ ਦਾ ਰਾਸ਼ਨ ਕਾਰਡ ਕੱਟਦੇ ਪਏ, ਉਹ ਵਾਪਸ ਕੈਂਪ 'ਚ ਆ ਗਏ ਸਨ, ਤੁਸੀਂ ਨਹੀਂ ਆਏ? ਨਹੀਂ ਅਸੀਂ ਆਏ ਨਾ, ਅਸੀਂ ਆਏ ਸੀ ਵੈਸੇ, ਪਿਤਾ ਜੀ ਸਾਡੇ, ਅਸੀਂ ਅੰਮ੍ਰਿਤਸਰ ਦਰਸ਼ਨ ਕਰਨ ਆਏ ਸੀਗੇ, ਅੱਛਾ ਉੱਥੇ ਕੋਈ ਮਿਲ ਗਿਆ ਅੱਗੇ ਭਾਈ ਆਖਦੇ ਇਸ ਤਰ੍ਹਾਂ, ਸਾਡੇ ਉੱਥੇ ਪਹਾੜੀ ਗੈਲ ਦੇ ਸੀਗੇ, ਪਾਂਡ ਪਾਂਡ ਜਗ੍ਹਾ ਸੀ, ਉੱਥੇ ਦਾ ਕੋਈ ਆਦਮੀ ਸਾਡੇ ਰਿਸ਼ਤੇਦਾਰ ਸੀ, ਅੱਛਾ ਉਹਨਾਂ ਨੇ ਕਿਹਾ ਕਿ ਯੋਲ ਕੈਂਪ ਹੈਗਾ ਉੱਥੇ, ਅੱਛਾ ਉੱਥੇ ਅੱਜ ਹੋਰ ਰਿਸ਼ਤੇਦਾਰ ਉੱਥੇ ਹੈਗੇ ਨੇ। ਜੋਲ ਕੈਂਪ, ਹਾਂ ਯੋਲ ਕੈਂਪ, ਉਹ ਕਿਹੜੀ ਜਗ੍ਹਾ ਲੱਗਿਆ ਦਾ ਸੀ? ਕਾਂਗੜੇ 'ਚ ਹੀ ਹੈਗਾ ਕੋਈ, ਅੱਛਾ ਹਿਮਾਚਲ 'ਚ ਸੀ ਉਹ? ਹਿਮਾਚਲ ਸੀਗਾ ਉਹ ਐਕਚੁਅਲੀ, ਉਹ ਮੇਰੇ ਖਿਆਲ ਦੇ ਵਿੱਚ ਜਿਹੜੇ ਇਧਰੋਂ ਆਏ ਨੇ ਵਾਹਗਾ ਬਾਰਡਰ ਵਾਲੇ ਪਾਸੇ ਲੰਘ ਕੇ, ਇਹਨਾਂ ਦਾ ਹੋਇਆ ਹੋਣਾ? ਆਪਾਂ ਤਾਂ ਨਹੀਂ ਸਹੀ, ਸਾਡੇ ਇਧਰ ਤੇ ਕਾਫੀ ਲੋਕ ਪਹਿਲੇ ਉਹ ਕਈ ਜਗ੍ਹਾ ਉਹ ਚਨਾਰ ਕੈਂਪ 'ਚ ਰਹਿ ਕੇ ਆਏ ਸੀ ਕਈ ਜਣੇ, ਅੱਛਾ 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 ਯੂਪੀ 'ਚ। ਹਾਂ ਯੂਪੀ 'ਚ, ਹਾਂ ਅੱਛਾ ਉਹ ਤੇ ਫਿਰ, ਤੁਹਾਨੂੰ ਇੱਥੇ ਲਾਏ? ਹਾਂ ਫਿਰ ਉਹ ਉੱਥੇ ਮਿਲ ਗਏ ਪਿਤਾ ਜੀ ਨੂੰ ਰਿਸ਼ਤੇਦਾਰ, ਤੇ ਫਿਰ ਉਹ ਅਸੀਂ ਇਧਰ ਆ ਗਏ, ਕਹਿਣ ਲੱਗੇ ਉੱਥੇ ਸਾਡੇ ਹੋਰ ਰਿਸ਼ਤੇਦਾਰ ਹੈਗੇ ਨੇ, ਚਲੋ ਉਹ ਫਿਰ ਅਸੀਂ ਉੱਥੇ
ਕੈਂਪ ਚ ਆ ਗਏ। ਐਕਚੁਅਲੀ ਤੁਹਾਡੀ ਸੋਚ ਨਹੀਂ ਇਹ ਸੀ ਵੀ ਕੈਂਪ ਜਿੱਥੇ ਵੀ ਲੱਗੇ ਦੇ ਸਾਰੇ ਇੱਕ ਬਰਾਬਰ ਹੀ ਹਨ, ਹੈਨਾ? ਚਾਹੇ ਹਾਂ ਨਗਰੋਟੇ ਕੈਂਪ ਹੈ ਤੇ ਚਾਹੇ ਜੋਲ ਕੈਂਪ ਹੈ। ਜੋਲ ਕੈਂਪ ਅੱਛਾ, ਹੈਗਾ ਉੱਥੇ ਕਿੰਨਾ ਚਿਰ ਰਹੇ ਹੋ? ਉੱਥੇ ਤਾਂ ਫਿਰ ਜਦੋਂ ਕੈਂਪ ਉੱਠਿਆ ਹੈਗਾ ਉਹਨਾਂ ਨੇ ਕੈਂਪ ਉਠਾ ਤਾ ਨਾ ਕਿੰਨਾ ਖਤਮ ਚਿਰ ਰਹੇ ਹੋ? ਕੀਤਾ, ਆਲਮੋਸਟ ਕਿੰਨਾ ਚਿਰ ਰਹੇ ਹੋ? ਇਹ 52 ਚ ਖਤਮ ਹੋਇਆ ਉੱਥੇ। ਅੱਛਾ, 52 ਤੱਕ ਉੱਥੇ ਰਹੇ ਹੋ ਤੁਸੀਂ? ਹਾਂ 52 ਤੱਕ, 52 ਸਮਝ ਲਓ ਫਰਵਰੀ ਚ ਅਸੀਂ ਇੱਥੇ ਆਏ ਆ। ਤੇ ਜਦੋਂ ਉਹ ਕੈਂਪ ਉਠਾਇਆ ਤੇ ਉਹਨਾਂ ਨੂੰ ਤੁਹਾਨੂੰ ਕੁਝ ਦੇ ਪਹਿਲਾਂ ਕੈਂਪ 'ਚ ਖਾਣਾ ਖੁਣਾ ਮਿਲਦਾ ਸੀ? ਹਾਂ ਉੱਥੇ ਮਿਲਦਾ ਸੀ ਨਾ ਰਾਸ਼ਨ ਰੋਈ, ਉੱਥੇ ਵੀ ਸਾਡੇ ਪਿਤਾ ਜੀ ਨੇ ਇੱਥੇ ਦੁਕਾਨ ਕਰ ਲਈ ਸੀਗੀ, ਕਿਹਦੀ? ਇੱਕ ਪਰਚੂਨ ਦੀ ਕੋਈ ਦੁਕਾਨ ਕਰਿਆਨੇ ਦੀ ਕੀਤੀ ਇਸ ਨੇ। ਅੱਛਾ, ਇਹ ਗਿਆਨੀ ਜੀਵਨ ਸਿੰਘ ਜੀ ਹੁੰਦੇ ਸੀਗੇ, ਉਹਨਾਂ ਨਾਲ ਸਾਂਝੀ ਪਾਪਾ ਸਾਡੇ ਨੇ ਦੁਕਾਨ ਕੀਤੀ ਸੀ ਉੱਥੇ, ਅੱਛਾ। ਤੇ ਉਹਨਾਂ ਦਾ ਲੜਕਾ ਸ਼ਾਇਦ ਗੁਰਮੁਖ ਸਿੰਘ ਆਰਮੀ ਸੀਗਾ, ਜੀਵਨ ਸਿੰਘ ਜੀ ਦਾ, ਤੇ ਉਹਨਾਂ ਨਾਲ ਸਾਂਝੀ ਦੁਕਾਨ ਕਈ ਚਿਰ ਉੱਥੇ ਜੋਲ ਕੈਂਪ ਕੀਤੀ ਸੀ ਨੇ। ਅੱਛਾ ਤੇ ਫਿਰ ਉਸ ਤੋਂ ਬਾਅਦ ਇਹ ਕੈਂਪ ਗਵਰਨਮੈਂਟ ਨੇ ਖਤਮ ਕਰ ਦਿੱਤਾ ਉੱਥੋਂ, ਅੱਛਾ ਤੇ ਫਿਰ ਇਧਰ ਸਾਨੂੰ ਉੱਥੇ ਮੇਰੇ ਖਿਆਲ ਚ ਉਦੋਂ ਕਹਿੰਦੇ ਸੀ ਜੀ ਕੈਂਪ ਖਤਮ ਹੋ ਰਿਹਾ ਤੇ ਤੁਸੀਂ ਆਪੋ ਆਪਣੇ ਕੋਈ ਜਿੱਧਰ ਜਾਣਾ ਚਾਹੁੰਦਾ ਹੈ ਉਧਰ, ਉਹ ਫਿਰ ਇਧਰ ਰਾਜਸਥਾਨ ਵਾਸਤੇ ਭੇਜ ਦਿੱਤਾ ਨੇ। ਅੱਛਾ ਤੇ ਉਹ 52 ਸਾਲ ਸਮਝ ਲਓ ਇੱਥੇ ਆ ਗਏ ਅਸੀਂ, ਅੱਛਾ ਫਰਵਰੀ 52 ਚ ਇੱਥੇ ਆ ਗਏ ਸੀਗੇ। ਅੱਛਾ ਤੁਸੀਂ ਉੱਥੇ ਚਲੇ ਗਏ? ਹਾਂ ਇੱਥੇ ਆ ਗਏ। ਅੱਛਾ, ਉੱਥੇ ਫਿਰ ਜਿਸਲੇ ਤੁਸੀਂ ਪਹੁੰਚੇ ਤੁਹਾਨੂੰ ਦਿੱਤੀਆਂ ਕੋਈ ਜ਼ਮੀਨਾਂ ਜ਼ਮੂਨਾਂ ਕੁਛ? ਉਸਨੇ ਸਾਨੂੰ ਪਹਿਲੇ ਇਹਨਾਂ ਨੇ ਘਰ ਬਾਰ ਵਸਾਉਣ ਵਾਸਤੇ ਕੋਈ 1100 ਰੁਪਇਆ ਦਿੱਤਾ ਸੀਗਾ ਨੇ। ਉਹ ਤੁਹਾਨੂੰ ਰਾਜਸਥਾਨ ਗੌਰਮੈਂਟ ਨੇ ਦਿੱਤਾ ਜਿੱਥੇ ਜੇਕੇ ਗੌਰਮੈਂਟ ਨੇ ਨਹੀਂ 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 ਇਹ ਸੈਂਟਰ ਵਾਲਿਆਂ ਨੇ ਦਿੱਤਾ ਸੀਗਾ, ਮਿਲਿਆ ਰਾਜਸਥਾਨ ਚੋਂ ਹੈ? ਰਾਜਸਥਾਨ ਆ ਕੇ ਉਹ ਇੱਥੇ ਕੀ ਹੈ ਮੇਰੇ ਖਿਆਲ ਗੌਰਮੈਂਟ ਨੇ ਸੈਂਟਰ ਗੌਰਮੈਂਟ ਨੇ ਜ਼ਮੀਨਾਂ ਆਕੋਪਾਈਡ ਕਰ ਲਈਆਂ, ਇੱਧਰ ਬਰਾਨੀ ਬੰਡਲ ਜ਼ਮੀਨਾਂ ਸੀਗੀਆਂ ਬਹੁਤ ਅੱਛਾ ਬੰਜਰ, ਬੜੇ ਬੜੇ ਟਿੱਬੇ ਸੀਗੇ, ਰੇਤ ਸੀ, ਹਾਂ ਹੈ। ਤੇ ਉਧਰ ਆ ਕੇ ਉਹਨਾਂ ਜ਼ਮੀਨ ਸੈਂਟਰ ਨੇ ਕੀਤੀ ਹੋਣੀ ਭਾਈ ਤੁਸੀਂ ਅਸੀਂ ਇੱਧਰ ਵਸਾਉਣੇ ਆ ਲੋਕੀ, ਅੱਛਾ, ਸਾਡੇ ਇੱਥੇ ਕੋਈ 8-10 ਪਿੰਡਾਂ 'ਚ ਮਤਲਬ ਉਹਨਾਂ ਨੇ ਵਸਾਉਣ ਦੀ ਕੀਤੀ ਸੀਗੀ। ਇਹ ਜਿਹੜੇ 8-10 ਪਿੰਡ ਨੇ ਸਾਰੇ ਇੱਧਰ ਦੇ ਜੈਂਡ ਕੇ ਦੇ ਫੁਜੀਨ ਚ ਹੋਰ ਵੀ ਕਿਤੇ ਦੇ? ਨਹੀਂ ਹੁਣ ਤਾਂ ਉਹਨਾਂ ਵਿੱਚ ਦੂਸਰੇ ਲੋਕ ਵੀ ਹੈਗੇ, ਪਰ ਮਤਲਬ ਇੱਥੇ ਲਗਭਗ 500 ਫੈਮਿਲੀਆਂ ਆਈਆਂ ਸੀਗੀਆਂ ਜੈਂਡ ਕੇ ਤੋਂ, JNK ਤੋਂ। ਇਹੀ ਉਹ ਬਾਗ ਤੇ ਇੱਧਰ ਦੀਆਂ ਹੈ? ਹਾਂ ਬਾਗ, ਮੁਜ਼ੱਫਰਾਬਾਦ, ਚਕਾਰ, ਇੱਧਰ ਦੇ ਸਭ ਪਾਸੇ ਦੀਆਂ ਆਈਆਂ। ਅੱਛਾ, ਹਾਂ ਹਾਂ ਸਾਰੇ ਪਾਸੇ ਦੀਆਂ ਸਾਡੇ ਇੱਥੇ। ਤੇ ਫਿਰ ਤੁਹਾਨੂੰ ਉੱਥੇ ਜ਼ਮੀਨ ਕਿੰਨੀ ਕਿੰਨੀ ਦਿੱਤੀ ਨਹੀਂ? ਪਲੰਦਰੀ ਦੇ ਵੀ ਹੈਗੇ ਨੇ। ਅੱਛਾ, ਜ਼ਮੀਨ ਕਿੰਨੀ ਕਿੰਨੀ ਦਿੱਤੀ ਨਹੀਂ? ਜ਼ਮੀਨ ਉੱਥੇ ਆਦਮੀਆਂ ਦੇ ਹਿਸਾਬ ਨਾਲ 6-6 ਵੀਘੇ ਦਿੰਦੇ ਸੀਗੇ ਇੱਕ ਆਦਮੀ ਨੂੰ, ਇੱਕ ਆਦਮੀ ਜਾਂ ਪਰਿਵਾਰ ਬਣਾਉਂਦੇ ਸੀ, ਮਤਲਬ ਜਿਵੇਂ ਦੋ ਆਦਮੀਆਂ ਦਾ ਤਾਂ ਉਹਨਾਂ ਨੂੰ 12 ਵੀਘੇ ਜ਼ਮੀਨ ਦਿੱਤੀ ਸੀਗੀ, ਅੱਛਾ, 4 ਆਦਮੀ ਹਨ 3 ਹਨ ਤਾਂ ਉਹਨਾਂ ਨੂੰ 24-25 ਵੀਘੇ ਜ਼ਮੀਨ ਸੀ। ਜ਼ਮੀਨ ਉਪਜਾਊ ਜ਼ਮੀਨ ਸੀ ਜਾਂ ਇਦਾਂ ਬੰਜਰੀ? ਨਹੀਂ ਨਹੀਂ ਉਦੋਂ ਤਾਂ ਬੁਰਾ ਹਾਲ ਸੀਗਾ ਜੀ, ਬੜੀਆਂ ਹਨੇਰੀਆਂ ਚੱਲਦੀਆਂ ਸੀ, 8-8 ਦਿਨ ਰੋਟੀ ਨਹੀਂ ਸੀ ਪੱਕਦੀ ਅੱਛਾ ਇਹ ਹਾਲਤ ਸੀ ਇਧਰ। ਅੱਛਾ, ਇਹ ਤਾਂ ਹੁਣ ਅੱਜ ਕੱਲ੍ਹ ਤਾਂ ਸਵਰਗ ਕਹਿੰਦੇ ਆ, ਤਾਂ ਬਾਕੀ ਉਸ ਟਾਈਮ ਤਾਂ ਬੁਰੀ ਹਾਲ ਸੀ। ਅੱਛਾ, ਜਦੋਂ ਤੁਸੀਂ ਗਏ ਉਦੋਂ ਸਮਝੋ ਲੁੱਗਾ ਬੇਰਾ ਨਹੀਂ ਸੀ? ਹਾਂ ਬੰਜੜ ਏਰੀਆ ਸੀਗਾ ਇਧਰ। ਤੇ ਫਿਰ ਬਜ਼ੁਰਗਾਂ ਨੇ ਉੱਥੇ ਆਪ ਪੱਟ ਕੇ ਬਣਾਈ? ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਜੀ ਇਧਰ, ਬਹੁਤ ਬੁਰਾ ਹਾਲ ਗੱਲ ਸੀਗਾ। ਸੁਣੋ, ਉਦੋਂ ਕੋਈ ਐਗਰੀਕਲਚਰ ਦੇ ਇੰਨੇ ਸਾਧਨ ਵੀ ਨਹੀਂ ਤੇ ਕਿਸ ਤਰ੍ਹਾਂ ਬਲਦਾਂ ਨਾਲ ਹੀ ਕਰਦੇ ਰਹੇ? ਬਲਦਾਂ ਨਾਲ, ਊਂਠਾਂ ਨਾਲ। ਅੱਛਾ, ਊਂਠਾਂ ਨਾਲ ਪੁੱਟੀ? ਹਾਂ ਊਂਠਾਂ ਨਾਲ, ਬਲਦਾਂ ਨਾਲ ਹੁੰਦੀ ਸੀ ਇਧਰ ਭਾਈ। ਤੇ ਫਿਰ ਫਸਲ ਉਦੋਂ ਪਾਣੀ ਦਾ ਕੀ ਸਾਧਨ ਸੀ ਕੋਈ? ਆ ਪਾਣੀ ਨਹਿਰ ਸੀਗੀ, ਉਹ ਜਿਸ ਨਹਿਰ ਤੇ ਅਸੀਂ ਬਸੇ ਆ ਉਹ ਪਹਿਲੇ 6 ਮਹੀਨੇ ਚੱਲਦੀ ਸੀਗੀ ਸਾਲ ਚੋਂ, ਅੱਛਾ, ਤੇ ਉਹਦੇ ਚ ਵੀ ਮਤਲਬ ਮਹੀਨਾ ਮਹੀਨਾ ਬੰਦ ਰਹਿੰਦੀ ਸੀਗੀ, ਪਾਣੀ ਦੀ ਵੀ ਬੜੀ ਦਿੱਕਤ ਆਉਂਦੀ ਸੀ, ਦੂਰੋਂ ਦੂਰੋਂ 5-5 ਕਿਲੋਮੀਟਰ ਤੋਂ ਜਾ ਕੇ ਪਾਣੀ ਲਿਆਉਂਦੇ ਸੀਗੇ, ਅੱਛਾ, ਪੀਣ ਵਾਲਾ ਪਾਣੀ ਪਸ਼ੂਆਂ ਵਾਸਤੇ, ਕਈ ਦਫ਼ਾ ਮਤਲਬ ਜਿਹੜੇ ਪਿੰਡਾਂ ਜਗ੍ਹਾ ਬਣਾਈ ਹੁੰਦੀ ਸੀ ਉਹਦੇ ਚ ਇਤਨਾ ਪਾਣੀ ਇਕੱਠਾ ਨਹੀਂ ਸੀ ਹੁੰਦਾ, ਅੱਛਾ, ਤੇ ਉਹ ਫਿਰ ਦੂਰੋਂ ਜਾ ਕੇ ਪਾਣੀ ਲਿਆ ਕੇ ਤੇ ਟਾਈਮ ਪਾਸ ਕਰਦੇ ਸੀ, ਕਈ ਵਾਰੀ ਤਾਂ ਬਹੁਤ ਦਿੱਕਤ ਹੁੰਦੀ ਸੀ, ਦੂਰੋਂ ਪਾਣੀ ਚੱਕ ਕੇ ਲਿਆਉਂਦੇ ਸੀਗੇ। ਗੱਲ ਸੁਣੋ, ਇਹ ਤੁਹਾਡਾ ਇਲਾਕਾ ਹੈ, ਅਲਵਰ ਤੋਂ ਅੱਗੇ ਪਿਆ ਜਾਂ ਪਿੱਛੇ ਕਿਹੜੇ ਪਾਸੇ ਪਿਆ ਹੈ? ਨਹੀਂ ਇਹ ਉਰੇ ਹੈਗਾ, ਅਲਵਰ ਅੱਗੇ ਹੈਗਾ। ਅੱਛਾ, ਅਲਵਰ ਤੋਂ ਪਿੱਛੇ ਹੈ? ਇਹ ਅਲਵਰ ਤੋਂ ਪਿੱਛੇ, ਇਹ ਆਪਣੇ ਪੰਜਾਬ ਦੇ ਨਾਲ ਲੱਗਦਾ ਗੰਗਾਨਗਰ ਗੰਗਾਨਗਰ ਦੇ ਨਾਲ ਤੇ ਨਹੀਂ ਕਿਤੇ? ਇਹ ਗੰਗਾਨਗਰ ਤੋਂ, ਗੰਗਾਨਗਰ ਡਿਸਟ੍ਰਿਕਟ ਸਾਡਾ ਗੰਗਾਨਗਰ ਹੀ ਹੈ। ਅੱਛਾ, ਤੁਹਾਡਾ ਡਿਸਟ੍ਰਿਕਟ ਗੰਗਾਨਗਰ ਹੀ ਹੈ? ਹਾਂ ਡਿਸਟ੍ਰਿਕਟ ਗੰਗਾਨਗਰ, ਪਰ ਅਸੀਂ ਗੰਗਾਨਗਰ ਤੋਂ ਲਗਭਗ 90-80-85 ਕਿਲੋਮੀਟਰ ਦੂਰ ਆ। ਇਹ ਕੋਟਾ ਵਗੈਰਾ ਤੁਹਾਡਾ ਕਿਸ ਪਾਸੇ ਪਿਆ ਵਾਲਾ? ਕੋਟਾ ਦੂਰ ਹੈ ਸਾਡੇ ਤੋਂ, ਅੱਗੇ ਕੋਟਾ, ਕੋਟਾ। ਅੱਛਾ, ਤੁਸੀਂ ਗੰਗਾਨਗਰ ਤੱਕ ਚਲੇ ਗਏ? ਹਾਂ ਗੰਗਾਨਗਰ ਦੇ। ਅੱਛਾ, ਤੇ ਜਿਹੜੇ ਜਿਹੜੇ ਉਸ ਵੇਲੇ ਤੁਸੀਂ ਉੱਥੇ ਜਾ ਕੇ ਰਾਈ ਬਾਈ ਕਰਨ ਲੱਗੇ, ਇਹ ਸਾਰੇ ਸਿੱਖ ਰਫੂਜੀ ਉਹੀ ਸੀ? ਆ ਸਿੱਖ ਸੀ ਦੱਸਿਆ ਨਾ, ਪਲੰਦਰੀ ਵਾਲੇ ਕਈ ਕਲੀਨ ਸ਼ੇਪ ਹੈਗੇ। ਹਾਂ ਹਾਂ, ਪਲੰਦਰੀ ਦੇ ਵਿੱਚ ਹੈਗੇ ਸੀ ਨਾ ਕਈ? ਹਾਂ ਉਹ ਵੀ ਹੈਗੇ ਸੀਗੇ। ਤੇ ਪਰ ਇੱਥੇ ਤੁਸੀਂ ਜਿਹੜੀ ਆਮ ਭਾਸ਼ਾ ਉਹਨਾਂ ਸਮਿਆਂ 'ਚ ਰੱਖੀ, ਕਿਹੜੀ ਭਾਸ਼ਾ? ਉਹੀ ਭਾਸ਼ਾ ਸੀ ਪਿੱਛੇ ਰਹੀ ਜਾਂ ਇੱਧਰ ਦੀ ਭਾਸ਼ਾ ਸ਼ੁਰੂ ਕਰਤੀ? ਪਹਿਲੇ ਤਾਂ ਪਿੱਛੇ ਵਾਲੀ ਭਾਸ਼ਾ ਹੀ ਬੋਲਦੇ ਸਾਂ, ਪਰ ਇੱਥੇ ਹੁਣ ਆਈ ਇੰਨੇ ਸਾਲਾਂ ਬਾਅਦ ਫਿਰ ਇਹ ਲੋਕਲ ਭਾਸ਼ਾ ਨਾਲ ਅੱਛਾ ਹੋ ਗਿਆ। ਪਰ ਬੱਚੇ ਬੁੱਚੇ ਵੀ ਇਹਨਾਂ ਨਾਲ ਹੀ ਸ਼ੁਰੂ ਹੋ ਗਿਆ ਨਾ ਸਭ ਕੁਝ? ਬੱਚੇ ਹੁਣ ਤਾਂ ਫਿਰ ਸਾਰੀ ਇਹਨਾਂ ਦੀ ਲੈਂਗੁਏਜ ਹੀ ਬੋਲਦੇ ਹਨ। ਅੱਛਾ 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 ਅੱਛਾ
अच्छा, उत्थे फिर तुहाड़े बजुर्गां ने जिहड़ी जमीन जमून सी सारी ओह आप आबाद कीती। हाँ बाद विच कहिंदे कुछ इन्हां नूं पैसे भी देने पे गवर्नमेंट नूं इहदे जमीन दे। ओ पैसे की है कि पहले जिसले जमीन अलाट हुई सी उदों तां साडे लोग की यही कहिंदे सी पर सानू जमीन दे बदले जमीन मिल गई है, पर कई सालों तक मतलब 52 च असी आए, कई सालों तक गवर्नमेंट ने कोई गलबात कीती नहीं। अच्छा, उस कई सालों बाद उन्होंने कहा जी थानू इस जमीन के पैसे देने पैणगे कि कीमत परोई दी। अच्छा। हाँ, ते जमीना जिहड़ियां स्टेट गवर्नमेंट दियां है कि कीमत नाल, वो फिर जिसले असी आए सा उसले तक कीमत सी इतने 5,000 रुपया मरबे दी। मरबे दी, ते फिर अच्छा बाद जदों सानू उन्होंने फिर 17,000 रुपये का कहा भाई तुम हूं भरो 17,000 रुपया, हूँ रेट जरा है 17,000 है मरबा, मरबे का। ते मरबा हैगा सी तुहाडा किसे कोल उत्थे? ऐसी मरबा मरबा नहीं? अच्छा हाँ, मरबा मरबा जमीन सी ना, कई जेड़े चार फैमिली चार आदमी अच्छा पहले उन्होंने कोल आदमी ऐसी सी मरबा, उन्होंने को मरबा सी का। उन्होंने फिर 17 हिसाब नाल पैसे भरे। नहीं 17 फिर वो केस लड़े है ना, असी क्या भाई असी 52 चाहे सी उदों दी रेट होनी चाहिए साडे बुजुर्गों ने, मतलब फिर एक केड़े साल च ये जाके तुहाडे कोल मंगे इन्होंने पैसे? कोई 60-62 ही जाके मंगे अच्छा है। अच्छा 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 मैं सात आठ हाँ सालों बाद 10 सालों बाद। हाँ वो फिर अच्छा बाद में सेटल होया के तुहानू बाद दी कीमत 7,500 रुपया फिर कीमत भरनी पई। अच्छा वो भी समझ लो तुसी मुल खरीदी जमीन। मुल मुल ली है फिर अच्छा फिर काश्त कर दे रहे होते। काश्त कर दे रहे, उस टाइम वो कीमत भरनी बड़ी औखी सी, उसने जेड़ी जमीन मरबे दी आमदन सी ना वो भी 400 रुपया साल दी आमदन होगी, ओहो, ते 400 रुपया आमदन, ते उसने 7,500 भरना। साढ़े वो किश्ता सी 10 किश्ता सी, मतलब 300-400 रुपया किश्त सी उसकी अच्छा किस्ता कर करके हाँ भरिया, किश्ता करके 10 किश्ता क्या सी बात है जी, भरी। किन्नी बेगतिया देखनी पई पई। इतने हाँ सारे नु नहीं मिली, सानू ते पता ही नहीं, जेड़े लोकी बाहर ने उन्होंने बड़ी औखी देखनी पई। बहुत मुश्किल है और टाइम जरा गुजारिया, कई लोग वापस चले गए सी तो छड़ गए सी अच्छा क्योंकि सूटेबल ही नहीं सी गया उदो, बड़ी गर्मी इधर बहुत गर्म एरिया सी गा, हैगी भी गर्मी बिल्कुल। बहुत गर्म थे उदो, ठंडे जो आए हुए बहुत सारे थे, कई लोग छड़ के चले गए सी। अच्छा वो फिर कीमता कुमता भर के जगह जेडी सानू मतलब 1,100 रुपया उन्होंने दिता सी भाई तुसी घर बार बनाओ, अच्छा आलू लो पल बुल लो, वो जो 3,500 रुपया का सेंक्शन हो ना दोबारा, तो फिर उन्होंने 1,100 रुपया ब्याज सने किसी को 1,300 रुपया किसी को जिन्हें 600 मिला सी उन्होंने 700 रुपया कट के वो अच्छा वो भी कट दिता, लिया वो कट के तो फिर 3,500 रुपया देता उन्होंने। भाई। अच्छा, और ओदी लोन लेजर होनी तुहाडे कोल? हेलो हाँ बिल्कुल, वो फिर बकायदा कट्टन दे उन्हें रुपया लिखा हुआ उदेश भैया 1,100 कट ब्याज सने कटिया ना ले 200 रुपया ब्याज ला के। कमाल हो गया जी, ये तो माए आम लोगों को पता ही नहीं भी इन्ना भी तशद्दुद होया। नहीं, बहुत मतलब ये तो बड़ा टाइम हो गया इस चीज अच्छा नो, तुहाडे बुजुर्ग किन्ना चिर उत्थे खेती करते रहे, बोला किन्ना चिर उन्होंने खेती की थी? बाद भी ते चलो जनरेशन पड़ गई अगली ले। नहीं साडे बुजुर्ग खेती करते रहे समझ लो 52 तो आके साडे पिताजी 2021 गुजरे हैं ना, तो अच्छा उदों तक खेती करते सी ते खेती का ही सिस्टम सी का, और तो कोई दूसरा, वैसे तो पहले उधर पिशोर ग्रंथी सी है ग्रंथी पर जी। इतने आके उन्होंने मतलब खेती का ही काम अच्छा हाँ ते खेती की ए फसल फुसल की लांदे उथे भला? फसल इसलिए चने हो जाते हैं, अच्छा कणक है अच्छा सरसों है। ते जमीन तुसा और भी खरीदी जा उही सी फिर? नहीं मैं थोड़ी जी खरीदी हैगी है तो बाकी हुई हुई हैगी है समझो, अच्छा खरीदन अच्छा भी अच्छा होगी। हाँ अच्छा 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 थोड़ी जी हाँ ते हाँ उस तो हाँ बाद तुहाडे पिता जी दी 2001 च डेथ हुंदी है, जी हाँ जी, ते उस तो बाद फिर सारा तुसी अगे फिर किन्ने इत्थे भरा सो? असि दो भरा है जी, दूजे दा के नाम तुहाडे भरा दा? दूजे भरा का नाम लखमीर सिंह, ओ भी इत्थे तुहाडे नाल ही हैं नहीं वो बीकानेर सेटल है गए ना, वो पुलिस राजस्थान राजस्थान पुलिस? पुलिस। अते ओ बेकानगर जाए सेटल हो गए हैं? हाँ वो बीकानेर सेटल हो गए उत्थे, फिर सर्विस सुर्विस करते सी तो उधर सेटल ते बीकानेर ही तुसी करो, तुसी की कम कीता फिर? मैं टीचर रहा है। अच्छा तुसी राजस्थान तो थे गवर्नमेंट टीचर सी, हाँ टीचर तुसी मैं पढ़ाई फिर कितने उथे उथे कीती राजस्थान ची? हाँ इतने पहले पिंड ही करते रहे, फिर साढ़े तो इतने दूर हैगा 15 किलोमीटर ते शहर है राय सिंह नगर, राय सिंह नगर? अच्छा राय सिंह नगर पढ़ते रहे बस यानी इतने। पिताजी ने उथे जिम्मेदारी करके पढ़ाया, हाँ पढ़ाया बड़ी बड़ी मेहनत करके हैं। बड़ी मेहनत करके उस टाइम, अच्छा, ते तुसी मैं फिर सर्विस के नजर की थी? सर्विस 30 साल 31 साल की थी जी, अच्छा ते किहड़े साल च फिर रिटायर होए हो? मैं 2021 ही होया रिटायर जी। हाँ अच्छा 1 ही जी रिटायर हो गए, एक ही हुआ ते अगे तुहाडे बच्चे? बच्चे साढ़े, एक तो कोई एयरफोर्स ही मेरे बड़ा वाला लड़का, अच्छा
एक कोई प्राइवेट स्कूल करता अच्छा, है, एक कोई अपना गड्डियां गुड़ियां का काम है, बस तीन बच्चे गए। हाँ तीन बेटे न। ते जी तुसा मैरिज भी उत्थे ही कीती राजस्थानी? हाँ, मैरिज साड़ी मैरिज समझ लो पिछले साढ़े रिश्तेदारी जो उधर कालियाल दे सी गए साढ़े सोरा साहब। अच्छा हाँ अच्छा वो कालियाल बाग कालियाल बाग। बाग से हाँ वो बाग तो दे। हाँ बाग देसी तो उससे ही उन्होंने नाली मतलब। तुसा फिर शादी उत्थे ही कीती हाँ राजस्थान च? शादी हाँ राजस्थान जी की थी अच्छा शादी। अच्छा अच्छा ते अगे बेटे तुहाड़े जिहड़े ने ओह सारे सैटल ने उत्थे ही? हाँ सेटल ही है जी ते अस। घर बार फिर तुसा उत्थे ही बना ले पक्के? हाँ घर बार पक्के फिर पिंड ही जी। हाँ सी फिलहाल था अच्छा ये पिंड है तुहाड़ा है? ये साडा पिंड है वैसे। अच्छा हाँ अच्छा उस तो बाद जिहड़ी हुण गवर्नमेंट वालों 5.5 लाख रुपए दिता गया, तुहानू भी मिलिया राजस्थान? नहीं, सानू गवर्नमेंट दे नहीं रही, ओ क्यों? वो यही कह रही है कि जो अदर स्टेट चले गए ना, हाँ 5300 फैमिलियां हैगी है, 5300 अच्छा 5,500 फैमिली तुहाडी? फैमिली हैगी जिसे कोई दिल्ली हैगी है, कोई अलवर हैगी है, कोई गंगानगर हैगी है, हाँ इस तरह कई जगह मतलब कोई यूपी च है इस तरह। ये 5300 फैमिलियां हैं उस जेडे 26,000 31,000 फैमिलियां थी ना, हाँ उनने जो 5300 फैमिलियां गवर्नमेंट ने बाहर कर देती है, कि भाई ये स्टेट च नहीं रहिंदे? ये स्टेट नहीं है गया। नहीं तो तुसी उत्थे जिस तरह तुहानू जमीन राजस्थान गवर्नमेंट ने दिती है, हाँ 3,500-3,500 रुपए राजस्थान ने दिता, वो ये राजस्थान गवर्नमेंट नहीं दिता? नहीं, और राजस्थान गवर्नमेंट ने नहीं देता है गाय, वो क्या कहती है भी ये जेंड के जो लो जाके? अच्छा सेंटर ने ये गोर जेके जेड़ा 3500 मिलिया ना, ये भी सेंटर दा सी? ये सेंटर दा ही अच्छा सीगा, अच्छा नहीं तो फिर 5.5 लाख रुपए भी तो सेंटर दा ही है। वो दे नहीं ना रही है उन केस तो तुसी ओदा कोई कीता नहीं कोई केस कुछ? पटियाले वाले ने कर रखे हैगा, अच्छा असि भी लिखा पढ़ी की थी पर हाले तक कोई जवाब संतुष्टि है नहीं। अच्छा हाँ ते दे कुछ नहीं रहे हाले तक। नहीं ये देखो ना, ये तो गलत है। जिहड़ी सेटलमेंट पॉलिसी है वो ते ओवरऑल रिफ्यूजियां वास्ते सी, हाँ ओवरऑल यहाँ से पर सानू नहीं ना दे रहे नो। हाँ एक ते उदू भी जमीन मुल खरीदी ते हाँ रे भी अपने वतन तो दूर। दूर दूर बुरा हाल सी उदों तो इतने इधर दा था जेड़ा सेटल होना बड़ा मुश्किल कुदरती सीगा। गल है जी, उस ठंडे इलाके चो निकल के आना हाँ ते तो फिर इधर आके उत्थे आके फिर सेटल होना। ते जेड़ा हुण इलाका तुहाडा हुण किन्ना क उत्थे फैलिया दा है? जेड़ा तुसी 500 फैमिली आए सो, हुण परिवार किन्ने क फैमिली दे? हूँ फैमिलियां की है कि हूँ कुछ लोग तो साढ़े शहरदार हो गए पिंडा चो छड़ के, राय तुहाडे मेन शहर केड़ा? गंगानगर ही है? सिंह नगर है वैसे, रायसिंह नगर? सॉरी राय रायसिंह नगर। सिंह ये तहसील है साड़ी राय सिंह नगर। हाँ कुछ उधर चले गए? हाँ कोई उधर चले गए, कोई और पर है मतलब बिजनेस बिजनेस, कोई गंगानगर चले गए, कोई कर्णपुर चले गए, इस तरह मतलब उन फैमिलियां जड़िया पिंडा चो निकल गई है? निकल गई हैं काटा के, क्योंकि अगले जनरेशन जड़ी है कोई एजुकेटेड हो गई, कोई बिजनेस ही लग गई आपो अपने, अच्छा इस करके फिर थोड़ा पिंडा जो ज्यादातर निकल ही गए। हाँ अच्छा हुण पिंडा जे है भी घटी है ना, काटी है ते पिंडा इस तरह जो, तुहाडे जिहड़े आम नवीं जनरेशन है वो पढ़े पढ़ लेगी सारी है ना, हाँ पढ़ रहे पढ़ के बच्चे ते पढ़े हुए सारे, बिजनेसमैन है ज्यादा या इम्पलाई जी? बस कोई एम्प्लाईज है गए, कोई अपने कड़िया गुडिया दे काम, कोई इस तरह कारोबार आप अपने इस अच्छा तरह ते बिजनेसमैन। अच्छा ते पिंड दे विच अपना गुरुद्वारा वगैरह सोने सब कुछ, हाँ गुरुद्वारा साहब है जी, ओ कोई गुरुद्वारा बंदिश नहीं? दूजे केड़े तुहाडे नाल होर केड़ी कम्युनिटी है पिंड च? और साडे पिंड च कोई जाट है ते अच्छा कुछ और मजहबी सिख कहते हाँ हाँ उन्होंने अच्छा। बस यही है, कोई और ज्यादा अच्छा दूसरी अच्छा कास्ट इतनी नहीं है ये इतने नहीं साडे है पिंड। नाल जिहड़ी आने वाली तुहाडी जनरेशन है उन्हां नूं को पता है इहदे बारे, पिछे भी पिछोकड़ कित्थों, नवें बच्चियां नूं अगे नहीं, है काफी इंटरेस्ट ही नहीं कोई रखता उन्हें, इतना भाई कित्थों इंटरेस्ट आए नहीं, हैं, कित्थों आके सेटल हो हैं, किस तरह आए हैं, कोई पता नहीं। बहुत घट रखते, इंटरेस्ट नहीं रखते बच्चे हुण नवीं हाँ नवीं जनरेशन बड़ी घट, साड़ी भाषा केड़ी जनरेशन। सी कुछ है ना। ये भाषा हुण कौन बोलता है, कोई नहीं बोलता। ये तो कुदरती हो गया। चलो जी हाँ पुराने बुजुर्ग रखे थे साम उन्होंने के। हाँ तो सी अच्छा तुहाडा इत्थे जम्मू आना जाना फिर लगे रहिंदा? नहीं हाँ आंदे जाते रहने हैं वैसे जी, दुख सुख दे विच आई जाई दे। दूसरों को जाना जाना तो आंदा ही रहता हैगा अच्छा चलो जी देखो ये कोई इहो जिहे हालात बणे कि बड़ा वधिया साडे बुजुर्गां दा उत्थे अपना रहण बसेरा सब कुछ सी रहन बसेरा। है। हाँ बहुत बहुत बड़ी, वो साढ़े पिता जी दसते सी भाई मैं नवे मकान बनाए सी अच्छा कुर्सी चक के कहते, वो उच्ची करके दुकाना बनाइया सी अच्छा वो पिशोर रहते सी कहते, फिर आके मैं आ दुकान कुदरती गल है, एडा बाहर बनाया। काम करते सी, पैसे चार हुंदे सी उन्हों को। हाँ अच्छा बस अच्छा पूरा समय
ਚਲੋ ਜੀ, ਕੁਝ ਬਹੁਤ ਸਮੇਂ ਦੇ ਹਾਲਾਤ ਇਹੋ ਜਿਹੇ ਸਨ, ਲੇਕਿਨ ਇਹ ਹੈ ਕਿ ਇਹਦਾ ਤਸ਼ੱਦਦ ਜਿਹੜਾ ਸੀ ਸਾਡੇ ਬਜ਼ੁਰਗਾਂ ਨੂੰ ਬੜਾ ਝੇਲਣਾ ਪਿਆ, ਤੇ ਬਹੁਤ ਆਉਣ ਜੀ, ਵਾਲੀਆਂ ਜਨਰੇਸ਼ਨ, ਔਰ ਫਿਰ ਇੱਕੋ ਹੀ ਇਹਦਾ ਪਲੱਸ ਪੁਆਇੰਟ ਸੀ ਕਿ ਸਾਡੇ ਬਜ਼ੁਰਗ ਮਿਹਨਤੀ ਬੜੇ ਸਨ, ਮਿਹਨਤੀ ਬਹੁਤ ਹੈ ਰਹੇ, ਨਾ ਜੀ? ਮਿਹਨਤੀ ਜੇ ਬਹੁਤ ਦੇਖੋ ਮਿਹਨਤੀ ਰਾਜਸਥਾਨ ਦੇ ਉਸ ਰੇਤੇ ਦੇ ਵਿੱਚ ਜਾ ਕੇ ਫਸਲ ਤਿਆਰ ਕਰਨੀ, ਤੇ ਬਹੁਤ ਕੋਈ ਪਾਣੀ ਦੇ ਸਾਧਨ ਨਹੀਂ, ਕੋਈ ਇਹੋ ਜਿਹਾ ਮਾਡਰਨ ਟੈਕਨੋਲੋਜੀ ਨਹੀਂ, ਹੱਲਾਂ ਪੰਜਾੜੀਆਂ ਬਲਦਾਂ ਦੇ ਨਾਲ, ਮਲਦਾ ਨਾਲ ਹੀ ਤੇ ਸਮਝੋ ਫਿਰ ਜਨਰੇਸ਼ਨ ਪੜਾ ਕੇ ਦੇਖੋ ਤੁਸੀਂ ਵੀ ਐਜੂਕੇਸ਼ਨ ਚੋਂ ਰਿਟਾਇਰਡ, ਤੁਹਾਡੇ ਭਾਈ ਸਾਹਿਬ ਵੀ ਫੌਜ ਚੋਂ ਪੁਲਿਸ ਚੋਂ, ਤੇ ਹਾਂ ਮਤਲਬ ਬੱਚੇ ਸੈਟਲ ਕਰ ਗਏ ਆਪਣੇ ਬਜ਼ੁਰਗ। ਬੱਚਾ, ਹਾਂ ਉਹਨਾਂ ਨੇ ਬੜੀ ਮਿਹਨਤ ਕਰਕੇ ਕੀਤਾ ਜੀ, ਬੜੀ ਦੂਰ ਐਜੂਕੇਸ਼ਨ ਦਾ ਬੜਾ ਦਿੱਕਤ ਸੀਗੀ, ਬੜੀ ਦੂਰ ਦੂਰ ਜਾ ਕੇ ਪੜ੍ਹਨਾ ਪੈਂਦਾ ਸੀਗਾ ਹਾਂ, ਬੜੀ ਮਿਹਨਤ ਕਰਕੇ ਉਹਨਾਂ ਨੇ, ਮੈਂ ਕਿਹਾ ਇਹ ਕੀਤਾ ਹੈ ਨਾ। ਬਹੁਤ ਤੇ ਚਲੋ ਜੀ, ਗੱਲ ਇਹ ਕਿ ਕੁਛ ਇਹੋ ਜਿਹੇ ਹਾਲਾਤ ਬਣ ਗਏ ਸਨ, ਸੋ ਬੜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਵਿਚਾਰ ਕਰਕੇ, ਕਿ ਦਰਅਸਲ ਮੈਂ ਬਹੁਤ ਪ੍ਰੋਗਰਾਮ ਕੀਤੇ ਨੇ ਪਰ ਮੈਨੂੰ ਨਹੀਂ ਸੀ ਪਤਾ ਕਿ ਵੀ ਸਾਡੀ, ਇੰਨਾ ਜ਼ਰੂਰ ਪਤਾ ਸੀ ਵੀ ਉੱਤਰਾਖੰਡ ਵਿੱਚ ਸੈਟਲ ਹਨ ਕੋਈ ਸਾਡੇ ਬਜ਼ੁਰਗ, ਪਰ ਸਾਡੇ ਰਾਜਸਥਾਨ ਗੰਗਾਨਗਰ ਬੀਕਾਨੇਰ ਦੇ ਵਿੱਚ ਜਾ ਕੇ ਇੱਥੋਂ ਦੇ ਰਿਫਿਊਜੀ ਸੈਟਲ ਹੋਣਾ, ਹਾਂਜੀ ਔਰ ਉੱਥੇ ਹਾਂਜੀ ਮਿਹਨਤਾਂ ਕਰਕੇ ਉਹਨਾਂ ਲੋਕਾਂ ਨੂੰ ਫਿਰ ਨਵੇਂ ਸਿਰੇ ਆਵਾਜ਼ ਕੀਤਾ ਆਪਣਾ, ਤੇ ਇਹ ਬੜੀ ਵੱਡੀ ਮੈਂ ਕਹਿੰਦਾ ਕਿ ਸਾਡੇ ਬਜ਼ੁਰਗਾਂ ਦੀ ਇਹ ਜਿਹੜੀ ਪ੍ਰਾਪਤੀ ਹੈ। ਬੜੀ ਪ੍ਰਾਪਤੀ, ਇਧਰ ਬੜਾ ਡੈਜ਼ਰਟ ਏਰੀਆ ਸੀਗਾ ਜੀ ਇਹ, ਬਹੁਤ ਅੱਛਾ, ਹਾਂ ਇਹ ਕਈ ਦਫ਼ਾ ਇੱਥੇ ਇੱਕ ਸਾਡੀ ਰੇਲਵੇ ਲਾਈਨ ਨਿਕਲਦੀ ਹੈ ਇਧਰੋਂ ਗੰਗਾਨਗਰੋਂ ਬੀਕਾਨੇਰ ਟ੍ਰੇਨ ਜਾਂਦੀ ਸੀਗੀ, ਅੱਛਾ, ਜਿਹੜੀ ਕਿ ਰੁਕ ਜਾਂਦੀ ਸੀ, ਮਤਲਬ ਇਤਨਾ ਰੇਤਾ ਆ ਜਾਂਦਾ ਸੀ ਲਾਈਨਾਂ ਤੇ, ਤੇ ਉਹ ਰੁਕ ਰੁਕ ਕੇ ਅੱਗੇ ਲਾਈਨ ਮੈਨ ਹਟਾਉਂਦੇ ਸੀ, ਤੇ ਫਿਰ ਅੱਠ ਅੱਠ ਦਿਨ ਤੱਕ ਲਗਾਤਾਰ ਹਨੇਰੀ ਚੱਲਦੀ ਸੀਗੀ, ਰੇਤ ਉਡਣੀ, ਰੇਤ ਉੱਡਦੀ ਅੱਠ ਅੱਠ ਦਿਨ ਤੱਕ ਲਗਾਤਾਰ, ਅੱਛਾ, ਇਤਨੀ ਮਤਲਬ ਉਸ ਟਾਈਮ ਚ ਪਰੇਸ਼ਾਨੀ ਸੀਗੀ, ਤੇ ਉਹ ਲਾਈਨ ਜਿਹੜੀ ਬੰਦ ਹੋ ਜਾਂਦੀ ਸੀ, ਫਿਰ ਅੱਗੇ ਲੇਬਰ ਲੱਗਦੀ ਉਹ ਰੇਤਾ ਹਟਾਉਂਦੀ ਤੇ ਅੱਗੇ ਗੱਡੀ ਚੱਲਦੀ ਸੀ, ਕਈ ਜਗ੍ਹਾ ਐਸੀ ਸੀਗੀ ਉਦੋਂ ਤੇ ਜਿੱਥੇ ਇੰਨੀ ਲਾਈਨਾਂ 'ਚ ਰੇਤ ਇਕੱਠੀ ਹੁੰਦੀ ਸੀ ਉੱਥੇ ਘਰ ਉਦੋਂ ਚੁੱਲ੍ਹਿਆਂ 'ਚ ਆ ਕੇ ਕਿਸ ਤਰ੍ਹਾਂ ਬਲਣੀ? ਨਹੀਂ ਸੀ ਬਲਦੀ, ਕਈ ਕਈ ਦਫ਼ਾ ਤਾਂ ਨਹੀਂ ਸੀ ਬਲਦੀ, ਬਲਦੀ ਨਹੀਂ ਸੀ ਨਾ, ਰੋਟੀ ਰੋਟੀ ਬੜੀ ਪੱਕਦੀ ਨਹੀਂ ਸੀਗੀ, ਅੱਛਾ, ਹਾਂ ਐਸੀ ਬੜੀ ਉਸ ਟਾਈਮ ਤਾਂ ਬਹੁਤ ਹੀ ਪਰੇਸ਼ਾਨੀਆਂ ਸੀਗੀਆਂ, ਵਾਹ, ਉਹ ਟਾਈਮ ਤਾਂ ਬੜੇ, ਮਤਲਬ ਕਿ ਓਵਰਆਲ ਜਿੰਨੇ ਵੀ ਸਾਡੇ ਇਥੋਂ ਬਜ਼ੁਰਗ ਆਏ ਸਾਰਿਆਂ ਨੇ ਬੜੀਆਂ ਔਕੜਾਂ ਝੱਲੀਆਂ ਨੇ, ਬਹੁਤ ਬਹੁਤ ਹਾਂਜੀ, ਚਾਹੇ ਕੋਈ ਵਧੀਆ, ਰਾਜਸਥਾਨ, ਜਿਹੜਾ ਜੰਮੂ ਚ ਵੀ ਸੀ ਤੇ ਉਹ ਵੀ ਕਦੋਂ ਗੱਡੀਆਂ ਦੇ ਨਾਲ ਹੀ ਰਿਹਾ ਸਾਰੀ ਉਮਰ, ਤੇ ਬਿਲਕੁਲ ਜਾਂ ਜ਼ਮੀਨਾਂ ਦੇ ਵਿੱਚ ਜਾਂ ਉੱਥੋਂ ਨਗਰੋਟੇ ਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਬਿਲਕੁਲ ਤੇ ਜੰਮੂ ਚ ਵੇਚ ਕੇ, ਤੇ ਉਹ ਸਾਰੀ ਦਿਹਾੜੀ ਚੋਂ 1 ਰੁਪਿਆ ਜਾਂ 50 ਪੈਸੇ ਮਿਲਣੇ ਕਿਤੇ। ਬਿਲਕੁਲ ਬੜੀ ਬੜੀ ਮਿਹਨਤ ਦੀ, ਚਲੋ ਜੀ, ਆਣ ਉਹਨਾਂ ਬਜ਼ੁਰਗਾਂ ਨੂੰ ਜਿਹੜਾ ਸਲੂਟ ਆ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਮਤਲਬ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ, ਅੱਜ ਅਸੀਂ ਸਾਰੇ ਹੀ ਸੋਹਣੇ ਸੈਟਲਾਂ ਪੱਕੇ ਮਾਲਕ ਮਕਾਨਾਂ ਦੇ ਮਾਲਕ ਬਣ ਗਏ। ਚਲੋ ਬਜ਼ੁਰਗੋ, ਬਹੁਤ ਬਹੁਤ ਤੁਹਾਡੀ ਮਿਹਰਬਾਨੀ ਕਿ ਤੁਹਾਡੇ ਨਾਲ ਵਿਚਾਰ ਕਰਕੇ ਬੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਨੇ, ਤੇ ਤੁਸੀਂ ਜੰਮੂ ਜਦੋਂ ਵੀ ਆਇਓ ਤੇ ਪੱਕਾ ਦਰਸ਼ਨ ਦੇਣੇ ਨੇ, ਤੇ ਇੱਥੇ ਨਾਲ ਹੀ ਮੈਂ ਤੁਹਾਡੇ ਉਹਨਾਂ ਦੇ ਨਾਲ ਹੀ ਹੈ ਸਾਡਾ ਮੱਖਣਪੁਰ ਪਿੰਡ ਹੈ। ਅੱਛਾ ਮੱਖਣਪੁਰ, ਹਾਂ ਮੱਖਣਪੁਰ ਪਿੰਡ ਹੈ, ਉਹਦੇ ਵਿੱਚ ਤੁਸੀਂ ਜਦੋਂ ਵੀ ਕਿਤੇ ਆਏ, ਤੇ ਇਹ ਚਲੋ ਸਾਰੇ ਪ੍ਰੋਗਰਾਮ ਜਿਹੜੇ ਨੇ ਤੁਸੀਂ YouTube ਦੇ ਉੱਤੇ ਭਾਈ ਹਰਮੀਤ ਸਿੰਘ ਜੰਮੂ ਲਿਖ ਕੇ ਦੇਖ ਸਕਦੇ ਹੋ, ਠੀਕ ਤੇ ਤੁਹਾਡਾ ਪ੍ਰੋਗਰਾਮ ਠੀਕ 2-2.5 ਘੰਟੇ ਬਾਅਦ ਇਹ ਵੀ ਪੈ ਜਾਏਗਾ ਤੁਹਾਨੂੰ, ਬੜੇ ਲੋਕ ਤੁਹਾਡਾ, ਮੈਂ ਫੋਨ ਨੰਬਰ ਵੀ ਦਿਆਂਗਾ ਕਿਉਂਕਿ ਤੁਹਾਨੂੰ ਬੜੇ ਲੋਕਾਂ ਨੇ ਫੋਨ ਵੀ ਕਰਨੇ ਨੇ ਉਹਦੇ ਉੱਤੇ, ਤੇ ਚਲੋ ਇਸੇ ਤਰ੍ਹਾਂ ਹੀ ਅਸੀਂ ਯਾਦਾਂ ਇਕੱਠੀਆਂ ਕਰਕੇ, ਚਲੋ ਉਸ ਸਮਾਂ ਤੇ ਨਹੀਂ ਲਿਆ ਸਕਦੇ ਆਪਸ ਵੀ ਤੁਸੀਂ ਸਾਰੇ ਬਜ਼ੁਰਗ, ਚਲੋ ਮਿਲ ਜੁਲ ਕੇ, ਤੁਹਾਡੀ ਤੁਹਾਡੀ ਮੇਰੇ ਖਿਆਲ ਇਸ ਲਈ 84-87-88 ਦੇ ਉੱਤੇ ਹੀ ਹੈ, 88ਵਾਂ ਲੱਗ ਰਿਹਾ ਹੈਗਾ, 78ਵਾਂ 78ਵਾਂ ਹੈ ਨਾ, ਹਾਂ ਜੀ 78ਵਾਂ ਲੱਗ ਰਿਹਾ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਤੁਹਾਡਾ ਵੀ ਮਿਹਰਬਾਨੀ, ਧੰਨਵਾਦ ਜੀ, ਬਹੁਤ ਤੁਹਾਡਾ ਵੀ ਸ਼ੁਕਰੀਆ, ਬਹੁਤ ਠੀਕ ਹੈ ਜੀ। ਠੀਕ, ਸੋ ਸਾਸੰਗਤ ਇਹ ਸੀ 1947 ਦਾ ਸੰਤਾਪ, ਤੁਸੀਂ ਦੇਖਿਆ ਸਾਡੇ ਬਜ਼ੁਰਗ ਕਿਤਨੀ ਮਿਹਨਤ ਕਰਕੇ ਰਾਜਸਥਾਨ ਦੇ ਵਿੱਚ ਕਈ ਕਈ ਦਿਹਾੜੀ ਜਿਹੜੇ ਨੇ ਚੁੱਲ੍ਹਾ ਨਾ ਬਲਣਾ, ਉਸ ਰੇਤੇ ਦੇ ਵਿੱਚ ਉਹਨਾਂ ਨੇ ਉਸ ਰੇਤੇ ਨੂੰ ਬੰਜਰ ਰੇਤ ਦੇ ਵਿੱਚ ਉਹਨੂੰ ਆਬਾਦ ਕੀਤਾ, ਔਰ ਸਾਡਿਆਂ ਬਜ਼ੁਰਗਾਂ ਨੇ ਉਹਨੂੰ ਆਬਾਦ ਕਰਕੇ ਨਵਿਓ ਸਿਰਿਓ ਰਹਿਣ ਬਸੇਰਾ ਕਰਕੇ ਆਪਣੇ ਬੱਚੇ ਪੜ੍ਹਾ ਲਿਖਾ ਕੇ ਅੱਜ ਕਿੱਥੇ ਪਹੁੰਚਾਏ। ਸੱਚਮੁੱਚ ਸਾਡੇ ਬਜ਼ੁਰਗਾਂ ਦੀ ਇਹ ਮਿਹਨਤ ਦਾ ਸਦਕਾ ਇਹ ਸਫਲ ਹੋਇਆ। ਸੋ ਰਾਜਸਥਾਨ ਤੋਂ ਸਾਡੇ ਨਾਲ ਜੁੜੇ ਹੋਏ ਸੀ, ਬੜੀ ਖੁਸ਼ੀ ਹੋਈ ਕਿ ਅੱਜ ਉਹਨਾਂ ਦੇ ਬਜ਼ੁਰਗਾਂ ਦੇ ਵਾਰਸਾਂ ਦੇ ਵਿੱਚੋਂ ਉਹ ਜਿਹੜੇ ਰਾਜਸਥਾਨ ਦੇ ਵਿੱਚ ਗਏ ਇਹ ਬਜ਼ੁਰਗ ਸਾਡੇ ਨਾਲ ਜੁੜੇ ਨੇ। ਆਉਣ ਵਾਲੀ ਜਨਰੇਸ਼ਨ ਟੋਟਲੀ ਜਿਹੜੀ ਆਪਣਾ ਵਿਰਸਾ ਭੁੱਲ ਜਾਏਗੀ ਵੀ ਅਸੀਂ ਕਿੱਥੋਂ ਆਏ ਸਾਂ, ਕਿੱਥੇ ਰਹਿਣ ਵਾਲੇ ਸਾਂ। ਸੋ ਬਹੁਤ ਸਾਨੂੰ ਖੁਸ਼ੀ ਹੋਈ। ਸਾਧ ਸੰਗਤ, ਸਲਾਈਡ ਤੇ ਸਾਡਾ ਨੰਬਰ ਚੱਲਦਾ ਹੈ, ਕੋਈ ਹੋਰ ਬਜ਼ੁਰਗ ਕਿਸੇ ਵੀ ਕੋਨੇ ਦੇ ਵਿੱਚ ਰਹਿ ਰਿਹਾ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਅਸੀਂ ਉਹਨਾਂ ਬਜ਼ੁਰਗਾਂ ਨੂੰ ਆਪ ਜੀ ਦੇ ਰੂਬਰੂ ਲਿਆਉਣ ਦਾ ਪੂਰਾ ਯਤਨ ਕਰਾਂਗੇ, ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।